गुड मॉर्निंग, वेलकम टू द नेक्स्ट ब्लॉग। और सुबह की शुरुआत हो चुकी है, अराउंड 7 o'clock का टाइम है एंड वी आर लिविंग फॉर द रिलीजियस प्लेस बाबा बालकनाथ जी। ठीक है, तो रास्ते में दिखाएंगे जिन जिन्होंने नहीं देखा कहाँ कहाँ कौन कौन से और रिलीजियस प्लेस रास्ते में आएंगे, क्या क्या उनकी महत्व है और क्या क्या हिस्ट्री है, कोशिश करेंगे कवर करने के लिए। तो मेरे साथ ये छोटा बेटा भांजा नहीं साला तो ये भी उम्र वैसी ही है ना तो शानू स्मार्ट गाय, तो इसके बारे में बताएंगे बाद में नेक्स्ट मिले हुए लोग में वैसे आप तो ये बड़ा साला मनु तारा और बाकी हमें रास्ते में मिलेंगे, देन वी विल लिव। ठीक है जी, रास्ते में दिखाते हैं, बड़ा अच्छा लोग जाने वाला है, जो भगवान को प्यार करने वाले हैं उनके लिए बहुत अच्छा है। वेलकम बैक, चले हैं जी बाबे दर्शन नू। साहब खाना शुरू हो चुका है, खत्म हो गया। चलो ये लंगर सेवा जी, आलू परौंठे आ गई, लंगर सेवा लाहौरी जीरा, लाहौरी जीरा मसाला थोड़ा। जब से राधा शाम के नैन हुए हैं चार, शाम बनी है राधिका ना, सांसों की माला पे सिमरूं मैं तेरा ना, अपने मन की मैं जानू और शिव के मन दीरा।
ਬਾਰ ਵਾਲੀ ਕਿੰਨੀ ਸੋਹਣੀ ਲੱਗਦੀ ਸਵੇਰ, ਕਿੰਨੀ ਸੋਹਣੀ ਲੱਗਦੀ ਸਵੇਰ। ਸਵਰਗਾਂ ਚ ਰਹਿਣ ਵਾਲੇ ਦੇਵਤੇ ਵੀ ਮੰਗਦੇ ਨੇ ਬਾਬਾ ਤੇਰੇ ਮੰਦਿਰਾਂ ਦੀ ਸੈਰ, ਬਾਬਾ ਤੇਰੇ ਮੰਦਿਰਾਂ ਦੀ ਸੈਰ। ਜੋਗੀਆ ਚਲੋ ਜੀ, ਹਾਂਜੀ ਵਿਜਾਜ ਸਾਹਿਬ ਓਕੇ ਰਿਪੋਰਟ ਓਕੇ ਜੀ। ਪ੍ਰਭੂ ਜੀ ਦੇ ਦਰਸ਼ਨ ਹੋ ਗਏ, ਮੌਸਮ ਵਧੀਆ ਹੋ ਗਿਆ, ਦੇਖੋ ਜੀ ਮੌਸਮ ਕਿੱਦਾਂ ਦਾ ਹੋ ਗਿਆ। ਮੌਸਮ ਹੋ ਗਿਆ ਜੀ, ਦੇਖੋ ਬੱਦਲ ਹੋ ਗਏ, ਪ੍ਰਭੂ ਨੇ ਸੁਣ ਲਈ ਪੁਕਾਰ ਸਾਡੀ। ਅਤੇ ਹੁਣ ਅਸੀਂ ਪਹੁੰਚੇ ਹਾਂ ਪੀਰ ਨਿਗਾਹੇ, ਲਗਭਗ 12:30 ਦਾ ਟਾਈਮ ਹੈ। ਇਸ ਤੋਂ ਦਰਸ਼ਨ ਕਰਕੇ ਉੱਪਰ ਆਪਾਂ ਬਾਬਾ ਬਾਲਕ ਨਾਥ ਮੰਦਿਰ ਪਹੁੰਚਾਂਗੇ, ਉੱਥੇ ਦੀ ਬਿਊਟੀ ਵੀ ਦਿਖਾਵਾਂਗੇ। ਰਸਤੇ ਦੀ ਬਿਊਟੀ ਤੁਸੀਂ ਦੇਖ ਲਈ ਹੈ, ਅਤੇ ਬਾਕੀ ਹੈ ਬਹੁਤ ਵਧੀਆ ਜਗ੍ਹਾ, ਖੁੱਲ੍ਹੇ 'ਚ ਜਗ੍ਹਾ ਦੇਖੋ ਹਰੀ। ਅਤੇ ਠੀਕ ਹੈ ਜੀ, ਮਿਲਦੇ ਹਾਂ, ਥੋੜ੍ਹਾ ਅਸੀਂ ਰੈਸਟ ਰੂਮ ਜਾ ਰਹੇ ਹਾਂ। ਪਹੁੰਚ ਗਏ ਸ਼ਾਤਲਾਈਆਂ ਮੰਦਿਰ ਪਹੁੰਚ ਗਏ ਜੀ। ਠੀਕ ਹੈ, ਅਤੇ ਇੱਥੋਂ ਦੀ ਕਿੰਨਾ ਕੁ ਦੂਰ ਹੈ ਇੱਥੋਂ ਉੱਪਰ? ਬਸ 4 ਕਿਲੋਮੀਟਰ। 4 ਕਿਲੋਮੀਟਰ ਗੁਫਾ 4 ਕਿਲੋਮੀਟਰ ਹੈ। ਅਤੇ ਇੱਥੇ ਕੀ ਸ਼ਾਤਲਾਈਆਂ ਦੀ ਕੋਈ ਸਟੋਰੀ ਛੋਟੀ ਜੀ? ਸ਼ਾਤਲਾਈਆਂ ਮੰਦਿਰ ਬੇਸਿਕਲੀ ਰੋਟੀਆਂ ਸੀ 12 ਸਾਲ ਦੀਆਂ ਬਾਬਾ ਜੀ ਦੀਆਂ। ਜਿੱਥੇ ਮੱਝਾਂ ਚਾਰਦੇ ਸੀ, ਮੱਝਾਂ ਚਾਰਦੇ 12 ਸਾਲ ਦੀ ਰੋਟੀਆਂ ਸੀ, ਤੇ ਲੱਸੀ ਗੱਡੀ ਸੀ ਉਹਨਾਂ ਨੇ ਜ਼ਮੀਨ 'ਚ 12 ਸਾਲ ਦੀ। ਆਓ ਅੱਗੇ ਦਿਖਾਉਂਦੇ ਤੁਹਾਨੂੰ। ਚਲੋ ਜੀ, ਇਹ ਸਟੋਰੀ ਆ ਤੁਹਾਨੂੰ ਪੂਰੀ ਦੱਸਾਂਗੇ ਅੱਗੇ, ਅਤੇ ਇੱਥੇ ਦੀ ਬਹੁਤ ਮਾਨਤਾ ਬਾਬਾ ਜੀ ਕੋਲ ਜੋ ਮੰਗੋ ਮਿਲਦਾ। ਸ਼ਾਤਲਾਈਆਂ ਮੰਦਿਰ ਪਹੁੰਚ ਗਏ, ਦੇਖੋ ਨਜ਼ਾਰਾ। ਬੈਕ ਸਾਈਡ ਤੋਂ ਲਿਆਏ ਜੀ ਅੱਗੇ, ਨਵਾਂ ਰਸਤਾ ਪਤਾ ਲੱਗਿਆ। ਇਹ ਸ਼ਾਤਲਾਈਆਂ ਦਾ ਮੇਨ ਮੰਦਿਰ ਜਿੱਥੇ ਬੜੀ ਹਿਸਟੋਰਿਕ ਹੈਗੀ ਆ। ਤੇਰੀ ਹੀ ਰਜਾ ਦੇ ਵਿੱਚ ਚੱਲਦੀ ਏ ਪੌਣਾ ਹਾਰੀ, ਸਾਗਰਾਂ ਸਮੁੰਦਰਾਂ ਦੀ ਲੈ, ਸਾਗਰਾਂ ਸਮੁੰਦਰਾਂ ਦੀ ਲੈ। ਸਮੇਂ ਵਾਲੀ ਚਾਲ ਜਿਹੜੀ ਰੋਕਿਆਂ ਨਾ ਰੁਕੇ ਕਦੇ,
ਰਜਾ ਵਿੱਚ ਜਾਂਦੀ ਉਹ ਵੀ ਖੈਰ, ਰਜਾ ਵਿੱਚ ਜਾਂਦੀ ਉਹ ਵੀ ਖੈਰ, ਜੋਗੀਆ ਵੇ ਜੋਗੀਆ ਵੇ ਜੋਗੀਆ ਵੇ ਜੋਗੀਆ ਵੇ ਜੋਗੀਆ ਹੀ ਪੁੱਛਾਂ ਵੇ ਅਲ ਪੱਥਰਾਂ ਚ ਕੀੜਿਆਂ ਨੂੰ ਸੋਹਣੀ ਕਿੰਨਾ ਲੱਗਦਾ ਨਾਚ ਪਿਆਰਾ ਜਦੋਂ ਜੜਾਵਾਂ ਖੋਲਦਾ, ਕਿੰਨਾ ਲੱਗਦਾ ਨਾਚ ਪਿਆਰਾ ਜਦੋਂ ਜੜਾਵਾਂ ਖੋਲਦਾ, ਹੋਰ ਕਿਹੜਾ ਤੇਰੇ ਤੋਂ ਬਗੈਰ, ਹੋਰ ਕਿਹੜਾ ਤੇਰੇ ਤੋਂ ਬਗੈਰ, ਕਾਗਜ਼ਾਂ ਦੇ ਫੁੱਲਾਂ ਚ ਸੁਗੰਧਾਂ ਪਾਉਣ ਵਾਲੇ ਬਾਬਾ, ਧੋਏ ਧੋਏ ਪੀਵਾਂ ਤੇਰੇ ਪੈਰ, ਧੋਏ ਧੋਏ ਪੀਵਾਂ ਤੇਰੇ ਪੈਰ, ਜੋਗੀਆ ਵੇ ਜੋਗੀਆ ਵੇ ਜੋਗੀਆ ਵੇ ਜੋਗੀਆ ਵੇ ਜੋਗੀਆ ਇਹ ਸਥਾਨ ਹੈ ਜੀ ਜਿੱਥੇ 12 ਸਾਲ ਅਖੰਡ ਧੂਣਾ ਲੱਸੀ ਰੋਟੀ ਮੰਦਰ, ਇਹਦਾ ਨਾਮ ਵੀ ਇਹੀ ਦੱਸਿਆ ਗਿਆ। ਇੱਥੇ ਬਾਬਾ ਜੀ ਕੋਲ ਮਾਂ ਰਤਨ ਉਹਨਾਂ ਨੇ ਜਦੋਂ ਆਪਣੀ ਰੋਟੀਆਂ ਦਾ ਹਿਸਾਬ ਮੰਗਿਆ ਲੱਸੀ ਦਾ, ਅਤੇ ਉਹਨਾਂ ਨੇ ਇੱਕ ਮਿੰਟ 'ਚ ਪ੍ਰਗਟ ਕਰਤੀ। ਇਹ ਹੈ ਬਾਬਾ ਜੀ ਦੀ ਸ਼ਕਤੀ। ਕਿਉਂ ਕੀ ਹਿਸਟਰੀ ਆ ਇੱਥੇ? ਹਾਂਜੀ, 12 ਸਾਲ ਜਿਹੜਾ ਮਾਈ ਰਤਨ ਨੇ ਉਹਨਾਂ ਨੂੰ ਰੋਟੀ ਦਿੱਤੀ ਸੀ, ਉਹਨਾਂ ਨੇ ਰੱਖੀ ਸੀ ਲੱਸੀ ਦਿੱਤੀ ਸੀ, ਉਹ ਖਾਂਦੇ ਨਹੀਂ ਸੀ, ਉਹ ਰੱਖ ਲੈਂਦੇ ਸੀ ਤੇ ਉਹਨਾਂ ਨੂੰ ਲੱਗਦਾ ਕਿ ਤੇ ਖਾ ਰਹੇ ਆ। ਜਦੋਂ ਉਹਨਾਂ ਨੂੰ ਪ੍ਰੋਪਰਲੀ 12 ਸਾਲ ਕੰਪਲੀਟ ਹੋਏ ਸੀ ਤੇ ਜਦੋਂ ਲੋਕਾਂ ਨੇ ਕੁਝ ਕਿਹਾ ਮਤਲਬ ਪਿੰਡ ਦੇ, ਉਹ ਬੇਸਿਕਲੀ ਉਹ ਗਊਆਂ ਚਰਾਉਣ ਲਈ ਆਉਂਦੇ ਸੀਗੇ ਤੇ ਗਊਆਂ ਉਹਨਾਂ ਨੇ ਛੱਡ ਦਿੰਦੇ ਸੀ ਤੇ ਆਪ ਭਗਤੀ ਕਰਦੇ ਸੀ। ਹਾਂਜੀ, ਉਹ ਜਦੋਂ ਉਹਨਾਂ ਨੇ ਫਿਰ ਉਹਨਾਂ ਦੀ ਫਸਲਾਂ ਖਰਾਬ ਕਰਤੀਆਂ ਜੱਟਾਂ ਦੀਆਂ, ਜੱਟਾਂ ਨੇ ਆ ਕੇ ਰਤਨੋ ਨੂੰ ਬੋਲਿਆ ਮਾੜਾ ਚੰਗਾ, ਰਤਨੋ ਮਾਈ ਨੇ ਆ ਕੇ ਬਾਬਾ ਜੀ ਨੂੰ ਮਾੜਾ ਚੰਗਾ ਕਿਹਾ ਕਿ ਤੂੰ ਮੇਰੇ ਤੋਂ ਰੋਟੀ ਖਾਣਾ ਹੈ ਕਰਦਾ, ਤੂੰ ਮੇਰਾ ਪਾਲੀ ਹੈ ਤੇਰੇ ਕਰਕੇ ਮੈਨੂੰ ਸੁਣਨਾ ਪੈ ਰਿਹਾ। ਆਪਣੀ ਸ਼ਕਤੀ ਨਾਲ ਉਹਨਾਂ ਨੇ ਪੇੜ ਦੇ ਵਿੱਚੋਂ ਰੋਟੀਆਂ ਦਿਖਾਈਆਂ ਕਿ ਆਹ ਪਈਆਂ ਵਾ ਰੋਟੀਆਂ, ਤੇ ਜ਼ਮੀਨ 'ਚ ਮਾਰ ਕੇ ਉਹਨਾਂ ਨੇ ਚਿਮਟਾ ਤੇ ਲੱਸੀ ਕੱਢਤੀ ਧਰਤੀ ਮਾਂ ਤੋਂ। ਹਾਂ, ਫਿਰ ਮਾਤਾ ਰਤਨੋ ਨੂੰ ਪਤਾ ਲੱਗਿਆ ਕਿ ਮੈਂ ਕੀ ਗਲਤੀ ਕਰ ਰੱਖੀ ਹੈ, ਇਹ ਸਾਕਸ਼ਾਤ ਭਗਵਾਨ। ਬਟ ਉਹ ਫਿਰ ਉਹਦੇ ਤੋਂ ਠੀਕ ਹੈ ਜੀ, ਸਟੋਰੀ ਦੇਖੋ, ਇਹ ਹਿਸਟਰੀ ਆ।
ਬਾਬਾ ਜੀ ਦੀ ਇਹ ਹਿਸਟਰੀ ਆ ਜੀ, ਆਹ ਮੰਦਰ ਆ ਜਿੱਥੇ ਬਾਅਦ ਚੋਂ ਮੰਦਰ ਦਾ ਸਵਰੂਪ ਲੈ ਲਿਆ, ਇਹਨੂੰ ਸ਼ਾਤਲੀਆਂ ਕਿਹਾ ਜਾਂਦਾ ਅਤੇ ਇਹ ਸਥਾਨ ਹਿਸਟੋਰੀਕ ਆ ਅਤੇ ਇਸ ਤੋਂ ਬਾਅਦ ਇਹਨਾਂ ਨੂੰ ਮੰਦਰ ਦਾ ਨਾਮ ਅਤੇ ਮੰਦਰ ਦੀ ਬਣਾਵਟ ਅਤੇ ਸਵਰੂਪ ਵਿੱਚ ਸਦਾ ਲਈ ਇੱਥੇ ਜਦੋਂ ਤੱਕ ਯੁੱਗ ਰਹੂੰਗਾ ਤਦ ਤੱਕ ਇਹ ਮੰਦਰ ਦੀ ਜਿਹੜੀ ਯਾਦਗਿਰੀ ਅੱਧੀ ਰਹੇਗੀ। ਅੱਗੇ ਦਿਖਾਉਂਦੇ ਜੀ ਜਿੱਥੇ ਬਾਬਾ ਜੀ ਨੇ ਆਪਣਾ ਸਮਾਧੀ ਕੀਤੀ ਸੀ। ਠੀਕ ਹੈ, ਇਸ ਤੋਂ ਬਾਅਦ ਜੀ ਇੱਕ ਹੋਰ ਜਗ੍ਹਾ ਹਿਸਟੋਰੀਕ, ਉਹਦੀ ਵੀ ਤੁਹਾਨੂੰ ਹਿਸਟਰੀ ਦੱਸਾਂਗੇ। ਸਾਡੇ ਪੇਸ਼ੈਂਟ ਬਿਮਾਰ ਹੋ ਗਿਆ, ਡਾਕਟਰ ਸਾਹਿਬ ਨਾਲ ਲੈ ਕੇ ਆਏ ਹਾਂ, ਤਿੰਨ ਤਿੰਨ ਚਾਰ ਚਾਰ ਦਵਾਈਆਂ ਲੈ ਗਏ, ਪੈਸੇ ਬਚਾ ਦਿੱਤੇ ਹੈ, 100 ਰੁਪਏ ਚੈੱਕ ਕਰਨ ਦਾ ਬਚਾ ਤਾ। ਅਸੀਂ ਸ਼ਾਂਤ ਲਾਈਆਂ ਮੰਦਰ ਤੋਂ ਅਗਲੇ ਟੈਂਪਲ ਜਾ ਰਹੇ, ਪਰ ਖਾਣ ਪੀਣ ਦੀ ਬਹੁਤ ਸਮੱਸਿਆ ਆ ਰਹੀ ਹੈ, ਕੁਛ ਨਹੀਂ ਮਿਲ ਰਿਹਾ ਖਾਣ ਪੀਣ ਨੂੰ। ਹਾਂਜੀ, ਬਜਾਜ ਸਾਹਿਬ ਤੰਗ ਆ ਚੁੱਕੇ ਆ, ਬਜਾਜ ਸਾਹਿਬ ਜੀ ਖਾਣ ਪੀਣ ਨੂੰ ਕੁਛ ਨਹੀਂ ਮਿਲ ਰਿਹਾ, ਇਹ ਤਾਂ ਸਿਰਫ ਕੋੜੇ ਛੋੜੇ ਖਾਣੇ ਪੈਣੇ ਆ। ਤਾਂ ਦੇਖਦੇ ਹਾਂ ਕੀ ਖਾਂਦੇ ਆ ਜੀ, ਦੇਖੋ ਪੂਰੀ ਪੂਰੀ ਮੇਨ ਸਥਾਨ ਜਿੱਥੇ ਬਾਬਾ ਜੀ ਦੇਖੋ ਬੱਕਰੀ ਦੀ ਇੱਥੇ ਰਸਮ ਹੋ ਰਹੀ ਸੀ ਅਤੇ ਛੋਟੀ ਜਿਹੀ ਬੱਕਰੀ ਜਿਹੜੀ ਬੱਕਰੇ ਨਾਲ ਬੰਨ੍ਹੀ ਹੋਈ ਸੀ ਅਤੇ ਸਰਦਾਰ ਜੀ ਨੇ ਬੱਕਰੀ ਨੂੰ ਆਪਣੇ ਨਾਲ ਜੋ ਵੀ ਰਸਮ ਦੇ ਅਕੋਰਡਿੰਗ ਗੱਡੀ 'ਚ ਬਿਠਾਇਆ ਅਤੇ ਬੱਕਰਾ ਸਰਦਾਰ ਜੀ ਦੇ ਪਿੱਛੇ ਪੈ ਗਿਆ ਅਤੇ ਬਹੁਤ ਬੁਰੀ ਤਰ੍ਹਾਂ ਬਚੇ, ਬਟ ਸਰਦਾਰ ਜੀ ਨੇ ਬੜਾ ਸਮਝਦਾਰੀ ਨਾਲ ਇਹਨੂੰ ਮੈਨੇਜ ਕਰਕੇ ਅਤੇ ਥੋੜ੍ਹਾ ਜਿਹਾ ਹਰੀ ਧਿਆਨ ਭਟਕਾ ਕੇ ਫਟਾਫਟ ਗੱਡੀ 'ਚ ਬੈਠ ਗਏ ਅਤੇ ਇਸ ਕਰਕੇ ਬੜੀ ਸੇਫਟੀ ਨਹੀਂ ਕਰਕੇ, ਨਹੀਂ ਤਾਂ ਬੜਾ ਨੁਕਸਾਨ ਹੋ ਸਕਦਾ ਸੀ। ਇਹ ਕੋਈ ਨਸਲ ਮੈਂ ਜਿਹੜਾ ਟ੍ਰੇਨ ਦਾ ਨਹੀਂ, ਮੈਨੂੰ ਪਤਾ, ਮੈਂ ਤੁਹਾਡਾ ਇੱਕ ਵੀਡੀਓ ਸ਼ੂਟ ਕੀਤੀ ਹੈ। ਪਹੁੰਚ ਕੇ ਦਰਬਾਰ ਬਾਬਾ ਲੰਗਨਾਥ,
ਪਹੁੰਚ ਗਏ ਦਰਬਾਰ ਪਹੁੰਚ ਗਏ ਦਰਬਾਰ ਹੈ ਜੀ ਹਾਂਜੀ ਇੱਥੋਂ ਦੀ ਆਪਣੀ ਚੜ੍ਹਾਈ ਸ਼ੁਰੂ ਹੋ ਜਾਂਦੀ ਆ ਕਿੰਨਾ ਕੁ ਪੈਦਲ ਚੱਲਣਾ ਸਾਢੇ ਸੱਤ ਸੌ ਪੌੜੀ ਗੱਡੀ ਦਾ ਅੱਗੇ ਇੱਥੋਂ ਦੀ ਕਰਾਂਗੇ ਸੁਮੋ ਕਿੰਨੀਆਂ ਸਵਾਰੀਆਂ ਜਾਣ ਵਾਲੀਆਂ ਆਜਾ ਜੀ ਆਜਾ ਬੰਟੀ ਬੰਟੀ ਦੀ ਹਾਲਤ ਹੋ ਗਈ ਖਸਤਾ ਮੈਨੂੰ ਹਾਉ ਇਜ਼ ਯੋਰ ਐਕਸਪੀਰੀਅੰਸ ਬੜੀ ਬਚਪਨ ਦੇ ਐਕਸਪੀਰੀਅੰਸ ਵਧੀਆ ਇੱਥੇ ਦਾ ਕਿ ਲੋਕ ਲਾ ਲਾ ਤੈਨੂੰ ਹੋਰ ਕੈਚ ਕਰਦੇ ਫਿਰ ਸਮੇਂ ਵਾਲੀ ਚਾਲ ਜੇ ਪ੍ਰਭੂ ਆ ਗਏ ਜੀ ਭਵਨ ਬੈਕ ਸਾਈਡ ਇਹ ਚਰਨ ਪਾਦਕਾ ਤੇ ਅਸੀਂ ਬੈਕ ਸਾਈਡ ਤੋਂ ਐਂਟਰੀ ਕਰਾਂਗੇ ਚੱਪਲਾਂ ਜੁੱਤਿਆਂ ਦਾ ਦੇਖਣਾ ਸੀ ਗੱਲ ਪਹੁੰਚ ਗਏ ਜੀ ਪਹੁੰਚ ਗਏ ਫਾਈਨਲੀ ਪਹੁੰਚ ਗਏ ਪੋਨਾਹਾਰੀ ਦੀ ਗੁਫਾ ਦਾ ਫਸਟ ਸਟੈਪ ਅਸੀਂ ਸਟਾਰਟ ਕਰਨਗੇ ਦਰਸ਼ਨ ਬਾਬੇ ਦੇ ਖੋਲੇ ਖੋਲੇ ਸਰੋਏ ਕੋਲੋਂ ਧਾਮੀਨਾ ਜੁਦਾਈਆਂ ਵਾਲਾ ਸੋਨਾ ਜੱਗੇ ਦਾ
ਲੇਡੀਜ਼ਤਾਨ ਜਿੱਥੋਂ ਲੇਡੀਜ਼ ਜਿੰਨੇ ਵੀ ਫੀਮੇਲਸ ਅਤੇ ਉਹ ਉੱਥੋਂ ਦੀ ਮੱਥਾ ਟੇਕਦੇ ਹੈਗੇ ਆ, ਉਹ ਦੇਖੋ ਉਹ ਇੱਥੇ ਨਹੀਂ ਜਾ ਸਕਦੇ, ਅਲਾਊਡ ਨਹੀਂ ਹੈ ਕਿਉਂਕਿ ਬਾਬਾ ਜੀ ਯੋਗ ਲੱਗਦਾ ਗੁਫਾ ਦਾ ਵਾਸੀ ਤੱਕਿਆ ਨਾ ਨੈਣ ਰੱਜ ਦੇ ਦੀ ਕਿਰਪਾ, ਖੁੱਲੇ ਦਰਸ਼ਨ ਮਾਮਾ ਜੀ, ਖੁੱਲੇ ਦਰਸ਼ਨ ਹੋਏ, ਨਜ਼ਾਰਾ ਆ ਗਿਆ, ਹਜ਼ਮ ਹੋ ਗਿਆ ਢਿੱਡ। ਅਤੇ ਇਹ ਹੈ ਜੀ ਇੱਥੋਂ ਦੀ, ਆਪਾਂ ਦਰਸ਼ਨ ਕਰਕੇ ਬਾਹਰ ਆਉਂਦੇ ਹਾਂ ਮਾਹੌਲ ਦੇ ਤੋਂ ਬਾਹਰ। ਲੱਗਦਾ ਗੁਫਾ ਦਾ ਵਾਸੀ ਤੱਕਿਆ ਨਾ ਨੈਣ ਰੱਜ ਦੇ ਜੀ, ਦੁਕਾਨਾਂ ਸਜੀਆਂ ਹੋਈਆਂ, ਇਰਾਦਾ ਕਰਕੇ ਥੋੜ੍ਹਾ ਰਸ਼ ਘੱਟ ਹੈ, ਨਹੀਂ ਤਾਂ ਇੱਥੇ ਤਾਂ ਸੰਗਤ ਐਂ ਆਉਂਦੀ ਹੈ, ਬੰਦੇ ਦਾ ਬੰਦਾ ਚੜਿਆ ਹੁੰਦਾ ਕਿਉਂ। ਹਾਂ ਵੀ ਮੋਨੂੰ ਸੱਚਾਈ ਗੱਲ ਆ, ਸੱਚਾਈ ਹੈ ਜੀ, ਅਤੇ ਇਰਾਦਾ ਕਰਕੇ ਬਹੁਤ ਰਸ਼ ਘੱਟ, ਦਰਸ਼ਨ ਖੁੱਲ੍ਹੇ ਹੋ ਗਏ। ਜੈ ਬਾਬੇ ਦੀ ਜੀ। ਲੱਗਦਾ ਗੁਫਾ ਦਾ ਵਾਸੀ ਤੱਕਿਆ ਨਾ ਨੈਣ ਰੱਜ ਦੇ ਪੁਣਾ ਹਰੀ ਜੋੜ ਸੀਟ ਬਾਬਾ ਬਾਲਕ ਨਾਥ ਸੇ ਬ੍ਰੇਕ ਹੈ, ਉਸਕੇ ਬਸ ਸੀਧਾ ਵਾਪਸ ਜਿਹੜਾ ਦਿਖਾਏਂਗੇ ਉਸਕੇ ਬਾਅਦ ਫਿਰ ਕਰਦੇ ਹੈ ਜੀ।
ਮੌਸਮ ਯਾਰ, ਰਾਤ ਕੋ ਠੰਡਾ ਹੋ ਜਾਂਦਾ, ਦਿਨ ਕੋ ਤੋ ਥੋੜਾ ਸਾ ਹੋਤਾ ਗਰਮੀ, ਬਟ ਰਾਤ ਕੋ ਬਿਲਕੁਲ ਠੰਡਾ। ਹਾਂਜੀ, ਡਾਬੇ ਪਰ ਰੁਕੇ ਹੈ ਜੀ ਖਾਣਾ ਖਾਣੇ ਕੇ ਲਈ, ਸੁਬਹ ਸੇ ਅਭੀ ਖਾਣਾ ਖਾ ਰਹੇ, ਤੋ ਫਾਈਨਲੀ ਖਾਣਾ ਖਾਏਂਗੇ, ਦੇਖਤੇ ਹੈ ਕੈਸਾ ਖਾਣਾ ਹੈ, ਫਿਰ ਉਸਕੇ ਬਾਅਦ ਨਿਕਲੇਂਗੇ। ਦਿਸ ਇਜ਼ ਲਾਸਟ ਸਟੋਪ ਆਫ ਦਾ ਡੇ, ਠੀਕ ਹੈ, ਯੇ ਹਾਈਵੇ, ਬਿਲਕੁਲ ਹਾਈਵੇ ਕੇ ਉੱਪਰ ਊਨਾ ਮੈਂ ਸ਼ਿਵਮ ਢਾਬਾ, ਤੋ ਅਭੀ ਖਾਣਾ ਮੰਗਾਤੇ, ਫਿਰ ਬਤਾਤੇ ਹੈ ਟੇਸਟ ਕਿਆ। ਵੈਲਕਮ ਬੈਕ ਜੀ, ਖਾਣਾ ਹੋ ਗਿਆ, ਖਾਣਾ ਠੀਕ ਥਾ, ਮਤਲਬ ਬਹੁਤ ਜ਼ਿਆਦਾ ਟੇਸਟ ਠੀਕ ਥਾ, ਮਤਲਬ ਖਾਣੇ ਕੇ ਲੀਏ, ਕਿਉਂਕਿ ਸੁਬਹੇ ਦੇ ਭੂਖੇ ਵੀ ਥੇ ਔਰ ਐਵਰੇਜ ਥਾ। ਅਭੀ ਹਮ ਨਿਕਲੇਂਗੇ 5 ਮਿੰਟ ਮੈਂ, ਤੋ ਫਿਰ ਮੈਂ ਵਲੋਗ ਕੀ ਐਂਡ ਵੀ ਕਰ ਦੇਤਾ ਹੂੰ ਜੀ। ਔਰ ਇਹ ਛੋਟਾ ਸਾ ਵਲੋਗ ਥਾ, ਹਮਨੇ ਦੇਖਾ ਹੀ ਹੈ ਕੈਸੇ ਏਕ ਦਿਨ ਮੈਂ ਪ੍ਰੋਗਰਾਮ ਬਣਾ ਔਰ ਹਮ ਕਹਾਂ ਗਾਂਗੇ, ਤੋ ਜਿਤਨਾ ਹੋ ਸਕਾ ਮੈਨੇ ਕਵਰ ਕੀਆ, ਤੋ ਰੈਗੂਲਰ ਪ੍ਰੈਕਟਿਸ ਕਰ ਰਹਾ ਹੂੰ ਵਲੋਗ ਡਾਲਨੇ ਕੀ, ਤੋ ਸਪੋਰਟ ਕਰਤੇ ਰਹਿਣਾ ਜੀ, ਬਾਏ ਬਾਏ।